ਅਮਰੀਕਾ ਵਿੱਚ ਗਲੋਬਲ ਪੰਜਾਬ ਟੀਵੀ ਤੇ ਕੈਨੇਡਾ ਵਿੱਚ ਚੈਨਲ ਪੰਜਾਬੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰਾ ਯਾਨੀ ਗੀਤਾਂਜਲੀ ਦਾ ਸਤਿ ਸ੍ਰੀ ਅਕਾਲ। ਅੱਜ ਅਸੀਂ ਫਿਰ ਹਾਜ਼ਰ ਹਾਂ ਸਜਰੇ ਸੁਰ ਦਾ ਇੱਕ ਨਵਾਂ ਐਪੀਸੋਡ ਲੈ ਕੇ। ਅੱਜ ਸਾਡੇ ਨਾਲ ਸਟੂਡੀਓ ਵਿੱਚ ਇੱਕ ਆਲਰਾਊਂਡਰ ਮੌਜੂਦ ਨੇ ਜਿਨ੍ਹਾਂ ਦਾ ਨਾਂ ਹੈ ਜਗਜੀਤ ਮਲਸੀਹਾ ਜੀ। ਉਹਨਾਂ ਦੇ ਨਾਮ ਪਿੱਛੇ ਵੀ ਇੱਕ ਬਹੁਤ ਹੀ ਵਧੀਆ ਕਹਾਣੀ ਹੈ, ਤਾਂ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਉਹਨਾਂ ਨੂੰ ਜਾਣਦੇ ਹਾਂ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜਗਜੀਤ ਮਲਸੀਹਾ ਜੀ। ਵੈਸੇ ਤੁਹਾਡਾ ਓਰਿਜਨਲ ਨਾਮ ਹੈ ਜੇ ਉਹ ਹੈ ਜਗਜੀਤ ਸ਼ਰਮਾ ਜੀ, ਤਾਂ ਇਹ ਜਗਜੀਤ ਮਲਸੀਹਾ ਜੀ ਕਿਵੇਂ ਫਿਰ? ਸਭ ਤੋਂ ਪਹਿਲਾਂ ਤਾਂ ਮੈਂ ਦਰਸ਼ਕਾਂ ਦਾ ਥੈਂਕਸ ਕਰਦਾ ਜੀ, ਬਹੁਤ ਧੰਨਵਾਦ, ਕਿਉਂਕਿ ਰੱਬ ਵਰਗੇ ਸਰੋਤਿਆਂ ਦਾ ਜਿਨ੍ਹਾਂ ਦੀ ਬਦੌਲਤ ਅੱਜ ਜਗਜੀਤ ਸ਼ਰਮਾ ਤੋਂ ਜਗਜੀਤ ਮਲਸੀਹਾ ਬਣਿਆ। ਪਰ ਇਹਦੇ ਪਿੱਛੇ ਵੀ ਇੱਕ ਬਹੁਤ ਵੱਡਾ ਕਾਰਨ ਹੈ। ਹਾਂਜੀ, ਮੇਰਾ ਜਿਹੜਾ ਨਾਮ ਹੈ ਉਹ ਹੈਗਾ ਜਗਜੀਤ ਸ਼ਰਮਾ। ਅੱਛਾ। ਅਤੇ ਫਿਰ ਹੁਣ ਤੁਹਾਨੂੰ ਪਤਾ ਅੱਜ ਕੱਲ੍ਹ ਜਿੰਨੇ ਵੀ ਸਿੰਗਰ ਚੱਲ ਰਹੇ ਨੇ ਮਾਰਕੀਟ ਦੇ ਵਿੱਚ, ਉਹਨਾਂ ਦੇ ਪਿੱਛੇ ਨਾਮ ਦੇ ਕੁਛ ਨਾ ਕੁਛ ਹੁੰਦਾ। ਅਤੇ ਮੈਨੂੰ ਵੀ ਲੱਗਾ ਕਿ ਮੈਂ ਆਪਣੇ ਜਿਹੜਾ ਪਿੰਡ ਆ ਮੇਰਾ ਜਗਰਾਉਂ ਦੇ ਕੋਲ ਨਾ, ਸਿੱਧਵਾਂ ਬੇਟ ਦੇ ਕੋਲ ਮਲਸੀਹਾ ਬਾਜਣ ਸਾਡਾ ਪਿੰਡ ਹੈ, ਛੋਟਾ ਜਿਹਾ ਪਿੰਡ ਆ, ਕੋਈ ਏਡਾ ਵੱਡਾ ਨਹੀਂ ਪਿੰਡ ਹੈਗਾ। ਅਤੇ ਉੱਥੇ ਮੇਰੇ ਪਾਪਾ ਜੀ ਦੀ ਜ਼ਮੀਨ ਹੁੰਦੀ ਸੀਗੀ, ਸਾਡੇ ਪੁਰਖਾਂ ਦੀ ਜ਼ਮੀਨ ਜਾਇਦਾਦ ਸਾਰੀ ਉੱਥੇ। ਫਿਰ ਉਸ ਤੋਂ ਬਾਅਦ ਮੈਨੂੰ ਲੱਗਾ ਕਿ ਸਾਡੇ ਫੈਮਿਲੀ ਦੇ ਵਿੱਚ ਕੋਈ ਨਹੀਂ ਸੀਗਾ ਇੱਦਾਂ ਦਾ ਸਿੰਗਰ, ਅਤੇ ਮੈਨੂੰ ਲੱਗਾ ਕਿ ਮੈਂ ਆਪਣੇ ਪਿੰਡ ਦਾ ਨਾਂ ਕਿਵੇਂ ਹਿੱਟ ਕਰਾਂ, ਰੋਸ਼ਨ ਕਰਾਂ। ਵੈਸੇ ਕੋਸ਼ਿਸ਼ ਕਰ ਰਹੇ ਹਾਂ, ਬਾਕੀ ਹਿੱਟ ਕਰਨਾ ਨਾ ਕਰਨਾ ਉਹ ਤਾਂ ਰੱਬ ਦੇ ਹੱਥ ਹੈ। ਬਿਲਕੁਲ। ਹਾਂਜੀ। ਅਤੇ ਬਸ ਉਸ ਤੋਂ ਬਾਅਦ ਫਿਰ ਮੈਂ ਸ਼ਰਮਾ ਉੱਥੋਂ ਚੱਕਿਆ, ਜਿਵੇਂ ਹੁਣ ਹੋਰ ਜਿਹੜੇ ਪਰੂਫ ਨੇ ਉਹਨਾਂ ਉੱਤੇ ਸਾਰਿਆਂ ਦੇ ਸ਼ਰਮਾ, ਬਟ ਜਿਹੜੇ ਮੇਰੇ ਇਸ ਲਾਈਨ ਦੇ ਵਿੱਚ ਸੰਗੀਤ ਤੌਰ 'ਤੇ ਆ ਰਿਹਾ, ਉੱਥੇ ਜਗਜੀਤ ਸ਼ਰਮਾ ਦੀ ਜਗ੍ਹਾ ਜਗਜੀਤ ਮਲਸੀਹਾ ਆ ਰਿਹਾ। ਅੱਛਾ। ਹਾਂਜੀ, ਠੀਕ ਹੈ। ਤਾਂ ਇਹ ਤੁਹਾਡਾ ਇਹਦੇ ਵਿੱਚ ਥੋੜ੍ਹਾ ਬੈਕਗ੍ਰਾਉਂਡ ਵੀ ਸਾਨੂੰ ਥੋੜ੍ਹਾ ਜਿਹਾ ਪਤਾ ਲੱਗਿਆ। ਤਾਂ ਤੁਸੀਂ ਬੇਸਿਕਲੀ ਲਿਰਿਕਸ ਰਾਈਟਿੰਗ ਕਰਦੇ ਹੋ, ਤੁਸੀਂ ਵੀਡੀਓ ਡਾਇਰੈਕਟ ਵੀ ਕਰਦੇ ਹੋ, ਅਤੇ ਹੁਣ ਤੁਸੀਂ ਸਾਡੇ ਸਟੂਡੀਓ ਵਿੱਚ ਇੱਕ ਸਿੰਗਰ ਦੇ ਤੌਰ 'ਤੇ ਆਏ ਹੋ। ਬਸ ਜੀ, ਕਹਿੰਦੇ ਲਿਖਣੇ ਕਾ ਸ਼ੌਂਕ ਥਾ। ਹਾਂ। ਲਿਖਣੇ ਕਾ ਸ਼ੌਂਕ ਨਹੀਂ ਥਾ, ਜਗਾ ਦੀਆ ਰੱਬ ਨੇ। ਹਾਂ। ਲਿਖਤੇ ਲਿਖਤੇ ਫਿਲਮੋਂ ਮੇਂ ਵੀ ਸਿੱਕਾ ਚਲਾ ਦਿਆ ਰੱਬ ਨੇ। ਕੀ ਬਾਤ ਹੈ। ਪਹਿਲਾਂ ਮੈਂ ਇਸ ਲਾਈਨ ਦੇ ਵਿੱਚ ਜੀ ਇੱਕ ਰਾਈਟਰ ਬਣ ਕੇ ਆਇਆ ਸੀਗਾ। ਅੱਛਾ। ਅਤੇ ਜਦੋਂ ਰਾਈਟਰ ਬਣ ਕੇ ਆਇਆ ਤਾਂ ਫਿਰ ਤੁਹਾਨੂੰ ਪਤਾ ਵੀ ਸਿੰਗਰਾਂ ਦੇ ਪਿੱਛੇ ਬੜਾ ਭੱਜਣਾ ਪੈਂਦਾ ਹੁੰਦਾ ਸੀਗਾ। ਫਿਰ ਉਸ ਤੋਂ ਬਾਅਦ ਹੌਲੀ ਹੌਲੀ ਪਰਮਾਤਮਾ ਨੇ ਦੋ ਤਿੰਨ ਗਾਣੇ ਰਿਕਾਰਡ ਕਰਾਏ। ਪਹਿਲਾਂ ਜਿਹੜਾ ਮੈਂ ਗਾਣਾ ਰਿਕਾਰਡ ਕੀਤਾ ਸੀ ਉਹ ਮੈਂ ਆਪਣੀ ਆਵਾਜ਼ ਦੇ ਵਿੱਚ ਹੀ ਕੀਤਾ ਸੀ। ਅੱਛਾ। ਇੱਕ ਮਲਟੀ ਐਲਬਮ ਕਰ ਰਹੇ ਸੀਗੇ, ਨਵਾਂ ਕੋਈ ਸਟੂਡੀਓ ਲਾਂਚ ਕੀਤਾ ਸੀ ਲੁਧਿਆਣੇ ਦੇ ਵਿੱਚ। ਅੱਛਾ। ਅਤੇ ਉਸ ਤੋਂ ਬਾਅਦ ਮੇਰਾ ਹੀ ਜਦੋਂ ਟਾਈਟਲ ਸੌਂਗ ਮੇਰਾ ਹੀ ਆਇਆ, ਸਾਰੇ ਉਹਦੇ ਵਿੱਚ ਪ੍ਰੋਫੈਸ਼ਨਲ ਸਿੰਗਰ ਹੀ ਸੀਗੇ ਤਕਰੀਬਨ, ਮੇਰੇਥੋਂ ਸੀਨੀਅਰ ਸੀ ਸਾਰੇ। ਅਤੇ ਉਹ ਪਤਾ ਨਹੀਂ ਮੇਰਾ ਅੰਦਾਜ਼ ਵੱਖਰਾ ਸੀ ਜਾਂ ਮੇਰੀ ਆਵਾਜ਼ ਉੱਦਾਂ ਦੀ ਸੀਗੀ, ਉਹਨਾਂ ਨੇ ਟਾਈਟਲ ਹੀ ਮੇਰਾ ਰੱਖਤਾ। ਅੱਛਾ। ਮਿੱਤਰਾਂ ਦੀ ਡਾਂਗ ਖੜਕੂ। ਅੱਛਾ। ਫਿਰ ਮੇਰਾ ਥੋੜ੍ਹਾ ਜਿਹਾ ਹੌਸਲਾ ਵੱਧ ਗਿਆ ਜੀ। ਅਤੇ ਬਸ ਫਿਰ ਵੀ ਮੈਂ ਸੋਚਿਆ ਨਹੀਂ ਸੀਗਾ ਮੈਂ ਇਸ ਲਾਈਨ ਦੇ ਵਿੱਚ ਯਾਨੀ ਕਿ ਸਿੰਗਰ ਬਣ ਕੇ ਆਵਾਂ। ਅਤੇ ਜਦੋਂ ਲੈਰਿਕਸ ਬਣ ਗਿਆ ਫਿਰ ਵਧੀਆ ਵਧੀਆ ਸਿੰਗਰਾਂ ਨਾਲ ਮੇਰੇ ਮੀਟਿੰਗ ਹੋਣੀਆਂ ਸ਼ੁਰੂ ਹੋਈਆਂ, ਕੁਛ ਨਵੇਂ ਸਿੰਗਰ ਸੀਗੇ। ਅਤੇ ਬਾਅਦ ਫਿਰ ਇੱਕ ਦੋ ਵੀਡੀਓ ਮੈਂ ਲੋਕਾਂ ਤੋਂ ਕਰਵਾਈਆਂ ਸਿੰਗਰਾਂ ਦੀਆਂ, ਕਿਉਂਕਿ ਉਹਨਾਂ ਦੀ ਪੇਸ਼ਕਸ਼ ਮੈਂ ਹੁੰਦਾ ਸਾਰਾ ਮੈਂ ਹੀ ਪੇਸ਼ ਕਰਦਾ ਸੀ ਉਹਨਾਂ ਨੂੰ। ਫਿਰ ਉਸ ਤੋਂ ਬਾਅਦ ਜਿਹੜੀਆਂ ਵੀਡੀਓ ਸਾਨੂੰ ਲੱਗਾ ਵੀ ਇਹ ਯਾਰ ਵੀ ਇੱਕ ਰਾਈਟਰ ਦੇ ਮਨ ਦੇ ਵਿੱਚ ਨਾ ਇੱਕ ਚੀਜ਼ ਬਣੀ ਹੁੰਦੀ ਹੈ ਵੀ ਯਾਰ ਵੀਡੀਓ ਇੱਦਾਂ ਹੋਣੀ ਚਾਹੀਦੀ ਸੀ, ਇੱਦਾਂ ਹੋਣੀ ਚਾਹੀਦੀ ਸੀ। ਅਤੇ ਉਹ ਮੈਨੂੰ ਲੱਗਾ ਵੀ ਯਾਰ ਚਾਹੇ ਅੱਛਾ ਕਰੀਏ ਚਾਹੇ ਮਾੜਾ ਕਰੀਏ ਅਸੀਂ ਖੁਦ ਹੀ ਡਾਇਰੈਕਟ ਕਰਾਂਗੇ। ਬਸ ਜਦੋਂ ਫਿਰ ਡਾਇਰੈਕਟ ਕਰਨ ਲੱਗ ਗਏ ਜੀ ਫਿਰ ਸਾਨੂੰ ਲੱਗਾ ਵੀ ਕੋਈ ਕੰਪਨੀ, ਤੁਹਾਨੂੰ ਪਤਾ ਅੱਜ ਕੱਲ੍ਹ ਰਿਸਪੋਂਸ ਕਿਸੇ ਨੂੰ ਨਹੀਂ ਦੇ ਰਹੀ, ਵੱਡੀਆਂ ਵੱਡੀਆਂ ਕੰਪਨੀਆਂ ਕਿਸੇ ਨੂੰ ਰਿਸਪੋਂਸ ਨਹੀਂ ਦੇ ਰਹੀਆਂ, ਚਾਹੇ ਕੋਈ ਛੋਟਾ ਸਿੰਗਰ ਹੈ ਚਾਹੇ ਵੱਡਾ, ਵੱਡੇ ਵੀ ਅੱਜ ਕੱਲ੍ਹ ਪੈਸੇ ਲਾ ਰਹੇ ਹਾਂ ਅਤੇ ਫਿਰ ਅਸੀਂ ਤਾਂ ਬਿਲਕੁਲ ਛੋਟੇ ਸਿੰਗਰ ਹਾਂ, ਹੈ ਨਾ। ਅਤੇ ਉਸ ਤੋਂ ਬਾਅਦ ਅਸੀਂ ਫਿਰ ਆਪਣੀ ਕੰਪਨੀ ਲਾਂਚ ਕੀਤੀ, ਉਹਨਾਂ ਦਾ ਨਾਮ ਹੈ ਸੁਪਰ ਟੈਨ ਮਿਊਜ਼ਿਕ। ਅੱਛਾ, ਸੁਪਰ ਟੈਨ ਮਿਊਜ਼ਿਕ, ਓਕੇ। ਉਹਨਾਂ ਵਿੱਚ ਹੁਣ ਮੈਂ ਵੱਡੇ ਵੱਡੇ ਆਰਟਿਸਟ ਕਰ ਰਿਹਾ, ਮੇਰੇ ਹੁਣ ਦੋ ਤਿੰਨ ਐਡ ਚੱਲਦੀਆਂ ਸੀਗੀਆਂ ਬਲਵਿੰਦਰ ਸਫਰੀ ਜੀ ਦਾ ਜੋ ਕਿ ਵਰਲਡ ਦੇ ਫੇਮਸ ਨੇ, ਮੇਰੇ ਲਿਖਿਆ ਹੋਇਆ ਸੌਂਗ। ਅਤੇ ਬਾਕੀ ਉਹਨਾਂ ਦੇ ਮੈਂ ਦੋ ਤਿੰਨ ਹੁਣ ਵੀਡੀਓ ਵੀ ਕੀਤੇ ਆ। ਅਤੇ ਅਸੀਂ ਆਪਣੀ ਕੰਪਨੀ 'ਚ ਹੀ ਲਾਂਚ ਕੀਤਾ, ਇਹਦੀ ਹਫ਼ਤਾ ਕੁ ਪਹਿਲਾਂ MH1 'ਤੇ ਐਡ ਚੱਲਦੀ ਪਈ ਸੀਗੀ। ਹਾਂਜੀ, ਬੋਤਲ ਖੁੱਲ੍ਹਦੀ। ਅਤੇ ਬਸ ਉਸ ਤੋਂ ਬਾਅਦ ਜੀ ਹੁਣ ਕੰਪੋਜੀਸ਼ਨਾਂ ਮੇਰੀਆਂ ਹੁੰਦੀਆਂ ਸੀਗੀਆਂ। ਜਦੋਂ ਮੈਂ ਬਾਈ ਚਾਂਸ ਮੈਨੂੰ ਬਾਹਰੋਂ ਕਹਿੰਦੇ ਸੀਗੇ ਵੀ ਯਾਰ ਬਾਹਰੋਂ ਵੋਕਲਾਂ ਕਰਾ ਕੇ ਭੇਜ, ਵੀ ਕੰਪੋਜਾਂ ਤੇਰੀਆਂ ਅਤੇ ਵੀ ਆਪਣੀ ਆਵਾਜ਼ ਦੇ ਵਿੱਚ ਹੀ ਵੋਕਲਾਂ ਕਰਾ ਕੇ ਭੇਜ ਸਿੰਗਰਾਂ ਦੀਆਂ ਇੱਥੋਂ ਜਿਹੜੇ ਤੈਨੂੰ ਲੱਗਦੇ ਆ ਵੀ ਹੈ ਨਾ ਵਧੀਆ ਵਧੀਆ ਸਿੰਗਰ ਹੈਗੇ ਆ। ਫਿਰ ਮੈਂ ਇੱਥੋਂ ਤਨਵੀਰ ਗੋਗੀ, ਮੁਕਰੀ ਸਿੱਧੂ, GS ਪੀਟਰ, ਹੋਰ ਕਾਫੀ ਹਿੱਟ ਸਿੰਗਰ ਜਿਹੜੇ ਵਧੀਆ ਵਧੀਆ ਸਿੰਗਰ ਨੇ ਉਹਨਾਂ ਦੀਆਂ ਵੋਕਲਾਂ ਕਰਾ ਕੇ ਜਦੋਂ ਬਾਹਰ ਭੇਜਦਾ ਸੀਗਾ। ਫਿਰ ਉਸ ਤੋਂ ਬਾਅਦ ਇੱਕ ਦੋ ਵੋਕਲਾਂ ਮੇਰੀਆਂ ਵੀ ਬਾਹਰ ਚਲੀਆਂ ਗਈਆਂ, ਉਹ ਕਹਿੰਦੇ ਯਾਰ ਜਗਜੀਤ ਵੀ ਇੱਕ ਦੋ ਵੋਕਲਾਂ ਆਪਣੀ ਆਵਾਜ਼ 'ਚ ਵੀ ਭੇਜ। ਅਤੇ ਬਸ ਇੱਦਾਂ ਕਰਦੇ ਕਰਦੇ ਜੀ ਫਿਰ ਉਹਨਾਂ ਨੇ ਫਿਲਮ ਦਾ ਆਰਡਰ ਦਿੱਤਾ, ਕਹਿੰਦੇ ਜਗਜੀਤ ਵੀ ਤੂੰ ਫਿਲਮ ਲਿਖ। ਅੱਛਾ। ਅਸੀਂ ਜਦੋਂ ਫਿਲਮ ਲਿਖੀ ਉਹਦੇ ਵਿੱਚ ਮੈਂ ਗਾਉਣ ਦਾ ਵੀ ਮੌਕਾ ਮਿਲਿਆ। ਬਸ ਇਸ ਤਰ੍ਹਾਂ ਕਰਦੇ ਕਰਦੇ ਹੁਣ ਦੋ ਤਿੰਨ ਫਿਲਮਾਂ ਮੇਰੀਆਂ ਰਿਲੀਜ਼ ਹੋਣ ਵਾਲੀਆਂ ਨੇ ਅਤੇ ਉਹਨਾਂ ਵਿੱਚ ਮੈਂ ਸੌਂਗ ਗਾਈ ਵੀ ਹੈ, ਬਾਕੀ ਜਿਹੜੇ ਮੇਰੇ ਹੁਣ ਨਵੇਂ ਮਿਊਜ਼ਿਕ ਨੇ ਅਤੇ ਬਸ ਪਰਮਾਤਮਾ ਦੀ ਕਿਰਪਾ ਨਾਲ ਹੁਣ ਬਾਹਰੋਂ ਹੀ ਸਾਰੇ ਤਕਰੀਬਨ ਮੇਰਾ ਸਾਰਾ ਕੰਮ UK ਹੋ ਰਿਹਾ।
ਤਾਂ ਫਿਰ ਤੁਸੀਂ ਸਭ ਤੋਂ ਪਹਿਲਾਂ ਆਪਣਾ ਕਿਹੜਾ ਗਾਣਾ ਸੀਗਾ ਜਿਹੜਾ ਸਿੰਗਿੰਗ ਦੀ ਜਿੱਥੋਂ ਨਾਲ ਬਿਲਕੁਲ ਰੂਟ ਤੋਂ ਸ਼ੁਰੂਆਤ ਹੋਈ ਹੈ ਤੁਹਾਡੀ? ਹਾਂਜੀ, ਉਹ ਵੈਸੇ ਲਿਖੇ ਮੈਂ ਤੋਰੇ ਜੋ ਹੋਰ ਸੀਗੇ, ਅੱਛਾ, ਬਟ ਉਹ ਮੈਂ ਸੈਡ ਸੌਂਗ ਤੋਂ ਲਿਖੇ ਮੈਂ ਹੋਰ ਸੀਗੇ, ਹਾਂ ਹਾਂ, ਬਟ ਇਹ ਸਿੰਗਰ ਨੂੰ ਮੈਂ ਕਿਸੇ ਨੂੰ ਗਾਣਾ ਦੇਣ ਗਿਆ ਸੀਗਾ, ਅੱਛਾ, ਤੇ ਉਹ ਸਿੰਗਰ ਉਸ ਦਿਨ ਆਇਆ ਨਹੀਂ, ਉਹ ਕਹਿੰਦੇ ਜਗਜੀਤ ਵੀ ਤੂੰ ਆਪ ਹੀ ਰਿਕਾਰਡ ਕਰ ਦੇ। ਅੱਛਾ, ਤੇ ਬਸ ਉਹ ਚਮਤਕਾਰ ਜੀ ਹੋਇਆ ਜੀ। ਫਿਰ ਸਾਨੂੰ ਉਹ ਦੋ ਲਾਈਨਾਂ ਸੁਣਾ ਦਿਓ। ਹਾਂਜੀ, ਉਹ ਵੈਸੇ ਹੁਣ ਤਾਂ ਐਂ ਲੱਗ ਰਿਹਾ ਕਿ ਚਲੋ ਚਲੋ ਫਿਰ ਵੀ ਸੁਣਾ ਦਿੰਦਾ, ਕੋਸ਼ਿਸ਼ ਕਰਦੇ ਹਾਂ, ਕਿਉਂਕਿ ਉਦੋਂ ਸਟਾਈਲ ਕੁਛ ਹੋਰ ਸੀ, ਹੁਣ ਕੁਛ ਹੋਰ ਰੱਖਿਆ। ਨਹੀਂ ਉਹ ਕੋਈ ਗੱਲ ਨਹੀਂ, ਅਸੀਂ ਤੁਹਾਡੀ ਆਵਾਜ਼ ਨਾਲ ਸ਼ੁਰੂਆਤ ਕਰਨਾ ਚਾਹੁੰਦੇ ਹਾਂ ਆਪਣੇ ਪ੍ਰੋਗਰਾਮ ਦੀ। ਚਲੋ ਠੀਕ ਹੈ। ਇੱਕ ਚਾਲ ਮਸਤਾਨੀ ਦੂਜੀ ਗਲ ਵਿੱਚ ਗਾਨੀ, ਇੱਕ ਚਾਲ ਮਸਤਾਨੀ ਦੂਜੀ ਗਲ ਵਿੱਚ ਗਾਨੀ, ਪੰਗਾ ਪਊਗਾ ਬਿਲੋਨੀ ਤੇਰੇ ਕਰਕੇ, ਉਹ ਮੈਂ ਤੇਰਾਂ ਦੀ ਡਾਂਗ ਖੜਕੂ ਭਾਵੇਂ ਦੇਖ ਲਈ ਚਵਾਰੇ ਉੱਤੇ ਚੜ ਕੇ, ਉਹ ਮੈਂ ਤੇਰਾਂ ਦੀ ਡਾਂਗ ਖੜਕੂ ਨੀ। ਕਿਆ ਬਾਤ ਹੈ! ਤਾਂ ਮਤਲਬ ਤੁਸੀਂ ਹੁਣ ਸਾਨੂੰ ਦੱਸਿਆ ਕਿ ਤੁਸੀਂ ਬੇਸਿਕ ਪ੍ਰੋਫੈਸ਼ਨ ਆਪਣਾ ਇਹਨੂੰ ਨਹੀਂ ਬਣਾਉਣਾ ਚਾਹੁੰਦੇ ਸੀਗੇ ਸਿੰਗਿੰਗ ਨੂੰ, ਤਾਂ ਤੁਸੀਂ ਰਾਈਟਿੰਗ ਕੀਤੀ, ਵੀਡੀਓ ਡਾਇਰੈਕਟ ਕੀਤਾ, ਤਾਂ ਹੋਰ ਫਿਰ ਤੁਹਾਡਾ ਪੰਜਾਬੀ ਇੰਡਸਟਰੀ ਵਿੱਚ ਹੀ ਜ਼ਿਆਦਾ ਰੁਝਾਨ ਰਿਹਾ ਕਿ ਤੁਸੀਂ ਹੋਰ ਬਾਲੀਵੁੱਡ ਦੀ ਤਰਫ ਜ਼ਿਆਦਾ? ਨਹੀਂ, ਬਾਲੀਵੁੱਡ ਬਾਰੇ ਮੈਂ ਹਜੇ ਸੋਚਿਆ ਨਹੀਂ ਜੀ, ਕਿਉਂਕਿ ਇੱਥੋਂ ਸੋਚਣ ਦਾ ਮੌਕਾ ਹੀ ਨਹੀਂ ਮਿਲਿਆ ਪਹਿਲੀ ਗੱਲ। ਅੱਛਾ, ਕਿਉਂਕਿ ਇੱਥੇ ਹੁਣ ਤੁਹਾਨੂੰ ਪਤਾ ਵੀ ਕਹਿੰਦੇ ਹੌਲੀ ਹੌਲੀ ਅੱਗੇ ਵਧਾਂਗੇ, ਬਸ ਇੱਥੇ ਹੁਣ ਮੈਂ ਸੋਚਿਆ ਕਿ ਆਪਣੀ ਕੰਪਨੀ ਲਾਂਚ ਕੀਤੀ ਜਾਵੇ, ਅਤੇ ਕੰਪਨੀ ਵਿੱਚ ਹੁਣ ਸਾਰਾ ਕਨਸੀਵਡ ਬੋਏ ਆਲਰਾਊਂਡਰ ਤੌਰ 'ਤੇ ਮੈਨੂੰ ਇਸਤੇਮਾਲ ਹੋਣਾ ਪੈ ਰਿਹਾ। ਪਹਿਲਾਂ ਲਿਖਣਾ, ਫਿਰ ਸਿੰਗਰਾਂ ਦੀ ਰਿਕਾਰਡਿੰਗ ਖੁਦ ਜਾ ਕੇ ਨਾਲ ਕਰਾਉਣੀ, ਫਿਰ ਦੇਖਣਾ ਵੀ ਵੀਡੀਓ ਕਰਨੀ ਹੈ ਇਹਦੀ, ਵੀ ਕਿਹੜੇ ਗਾਣੇ ਦੀ ਵੀਡੀਓ ਕਰੀਏ, ਫਿਰ ਵੀਡੀਓ ਤੁਹਾਨੂੰ ਪਤਾ ਫਿਰ ਐਡੀਟਿੰਗ ਦੇ ਵੀ ਕਿੰਨਾ ਟਾਈਮ ਲੱਗਦਾ, ਅਤੇ ਐਡੀਟਿੰਗ ਵੀ ਕੋਲ ਬਹਿ ਕੇ ਕਰਾਈ ਦੀ ਹੈ, ਫਿਰ ਉਸ ਤੋਂ ਬਾਅਦ ਕਿਹੜੇ ਚੈਨਲ 'ਤੇ ਲਗਾਉਣੀ ਹੈ, ਕਿੱਥੋਂ ਮਾਲ ਬਣਾਉਣਾ। ਤਾਂ ਤੁਸੀਂ ਫਿਰ ਆਪ ਹੀ ਦੇਖਿਆ ਹੋਣਾ ਕਿ ਜਦ ਇੱਕ ਗਾਣਾ ਬਣਿਆ ਜਾਂਦਾ ਤਾਂ ਆਡੀਓ ਅਤੇ ਵੀਡੀਓ, ਵੀਡੀਓ ਦਾ ਕਿੰਨਾ ਕੁ ਯੋਗਦਾਨ ਹੁੰਦਾ ਉਹਦੇ ਵਿੱਚ? ਨਹੀਂ, ਵੀਡੀਓ ਐਕਚੁਲੀ ਸਭ ਤੋਂ ਵੱਡੀ ਗੱਲ ਤਾਂ ਜੀ ਕਿਸਮਤ ਦੇ ਉੱਪਰ ਹੈ। ਅੱਛਾ, ਕਿਉਂਕਿ ਜਿਹਨੇ ਚੱਲਣਾ ਉਹਨੇ ਤਾਂ ਤੁਹਾਨੂੰ ਪਤਾ ਵੀ ਚੁਟਕੀ ਨਾਲ ਹੀ ਚੱਲ ਜਾਣਾ, ਅਤੇ ਜਿਹਨੇ ਨਹੀਂ ਚੱਲਣਾ ਉਹ ਭਾਵੇਂ ਕਰੋਨਾ ਦਾ ਮਿਊਜ਼ਿਕ ਲਈ ਜਾਵੇ, ਉਹਨੇ ਤਾਂ ਵੀ ਨਹੀਂ ਚੱਲਣਾ। ਬਟ ਫਿਰ ਵੀ ਜਿੱਥੋਂ ਤੱਕ ਮੇਰੀ ਨੌਲੇਜ ਹੈ ਬਈ, ਆਡੀਓ ਤਾਂ ਆਪਾਂ ਸਿਰਫ ਦੋ ਚਾਰ ਬੰਦਿਆਂ ਨੂੰ ਸੁਣਾ ਸਕਦੇ ਹਾਂ, ਜਾਂ ਮੋਬਾਈਲਾਂ ਦੇ ਵਿੱਚ ਲੋਕਾਂ ਨੂੰ ਸੁਣਾ ਸਕਦੇ ਹਾਂ, ਯੂਟਿਊਬ 'ਤੇ ਉਹਤੇ ਸਾਈਟਾਂ 'ਤੇ ਪਾ ਸਕਦੇ ਹਾਂ, ਪਰ ਜਿਹੜੀ ਵੀਡੀਓ ਆ, ਕਹਿੰਦੇ ਜੋ ਦਿਖਤਾ ਹੈ ਵੋ ਹੀ ਵਿਕਤਾ ਹੈ, ਜਿਹੜੀ ਵੀਡੀਓ ਆ ਉਹ ਤੁਹਾਨੂੰ ਪਤਾ ਸਾਰਿਆਂ ਨੇ ਦੇਖਣੀ ਆ। ਕਈ ਵਾਰੀ ਵੀਡੀਓ ਨੂੰ ਹਿੱਟ ਕਰਨ ਦੇ ਵਿੱਚ ਆਡੀਓ ਦਾ ਹੱਥ ਹੁੰਦਾ, ਅਤੇ ਆਡੀਓ ਨੂੰ ਹਿੱਟ ਕਰਨ 'ਚ ਵੀਡੀਓ ਦਾ ਬਹੁਤ ਵੱਡਾ ਹੱਥ ਹੁੰਦਾ। ਕਈ ਵਾਰੀ ਕੋਈ ਪਰਫੋਰਮੈਂਸ ਇੱਦਾਂ ਦੀ ਆ ਜਾਂਦੀ ਹੈ ਵੀ ਯਾਰ ਸਿੰਗਰ ਦੀ ਪਰਫੋਰਮੈਂਸ ਦੇਖੋ ਕਿੰਨੀ ਅੱਛੀ ਹੈ, ਯਾਰ ਇਹ 'ਚ ਮਾਡਲ ਬਹੁਤ ਵਧੀਆ, ਹਾਂਜੀ ਇਹਦੀ ਵਰਲਡਿੰਗ ਅੱਛੀ ਹੈ ਜਾਂ ਕੁਛ, ਹੈ ਨਾ। ਕਹਿੰਦੇ ਵੀ ਸਰੋਤੇ ਹਰ ਤਰ੍ਹਾਂ ਦੀ ਹੈ ਜੀ, ਉਹ ਕੋਈ ਵੀਡੀਓ ਨੂੰ ਪਸੰਦ ਕਰਦੇ ਆ, ਕੋਈ ਆਡੀਓ ਨੂੰ ਪਸੰਦ ਕਰਦੇ ਆ। ਬਿਲਕੁਲ, ਤਾਂ ਤੁਹਾਡਾ ਆਪਣਾ ਐਕਸਪੀਰੀਅੰਸ ਕੀ ਰਿਹਾ ਹੈ ਕਿ ਤੁਹਾਨੂੰ ਵੀਡੀਓ ਐਡੀਟਿੰਗ ਵਿੱਚ ਜਾਂ ਵੀਡੀਓ ਡਾਇਰੈਕਸ਼ਨ ਵਿੱਚ, ਰਾਈਟਿੰਗ ਵਿੱਚ, ਸਿੰਗਿੰਗ ਵਿੱਚ ਕਿਛ ਸਭ ਤੋਂ ਜ਼ਿਆਦਾ ਮਜ਼ਾ ਕਿਹਦੇ ਵਿੱਚ ਆਉਂਦਾ? ਮਜ਼ਾ ਤਾਂ ਜੀ ਦੇਖੋ ਵੀਡੀਓ 'ਚ ਆਉਂਦਾ। ਅੱਛਾ, ਹਾਂ, ਡਾਇਰੈਕਟ ਕਰਨ 'ਚ? ਡਾਇਰੈਕਟ ਕਰਨ 'ਚ, ਕਿਉਂਕਿ ਜਦੋਂ ਹੁਣ ਮੰਨ ਲਓ ਅੱਜ ਮੈਂ ਕੈਮਰੇ ਮੂਹਰੇ ਬੈਠਾ, ਅਤੇ ਮੈਂ ਥੋੜ੍ਹਾ ਜਿਹਾ ਨਰਵਸ ਸੀਗਾ ਵੀ ਯਾਰ ਮੈਂ ਕਿਵੇਂ ਕੈਮਰੇ ਮੂਹਰੇ ਬੈਠੂੰਗਾ, ਪਰ ਜਦੋਂ ਅਸੀਂ 100-100 ਬੰਦੇ ਨੂੰ ਕਹੀਦਾ ਯਾਰ ਇੱਧਰ ਆਓ ਇੱਧਰ ਆਓ, ਉਹ ਆਹ ਨਹੀਂ ਠੀਕ ਕਰ ਰਹੇ, ਤੁਸੀਂ ਉਹ ਇਹ ਗਲਤ ਕਰ ਰਹੇ ਹੋ, ਇਹ ਚੀਜ਼ਾਂ ਦਾ ਬਹੁਤ ਵੱਡਾ ਹੱਥ ਹੁੰਦਾ ਜੀ। ਆਰਡਰ ਮਾਰਨਾ ਅਤੇ ਜਦੋਂ ਕੈਮਰੇ ਮੂਹਰੇ ਆਉਣਾ, ਉਹ ਚੀਜ਼ ਅਲੱਗ ਡਿਫਰੈਂਟ ਹੈ। ਅਤੇ ਤੁਹਾਡਾ ਬਚਪਨ ਤੋਂ ਇਹੀ ਸੁਪਨਾ ਸੀਗਾ ਕਿ ਤੁਸੀਂ ਇਸ ਫੀਲਡ ਦੇ ਵਿੱਚ ਜਾਓਗੇ, ਜਾਂ ਕੁਛ ਇੱਦਾਂ ਦਾ ਹੈਪਨ ਹੋਇਆ ਹੈ ਕਿ ਨਹੀਂ ਉਹ ਡੈਸਟੀਨੀ ਹੋਈ ਹੈ ਕਿ ਕੀ? ਸ਼ੁਰੂਆਤ ਕਿੱਥੋਂ ਹੋਈ ਹੈ? ਸ਼ੁਰੂਆਤ ਇਸ ਤਰ੍ਹਾਂ ਹੋਈ ਹੈ ਜੀ ਕਿ ਮੇਰਾ ਇੱਕ ਫਰੈਂਡ ਸੀ ਅਤੇ ਉਹਨੇ ਮਨਿਆਰੀ ਦੁਕਾਨ ਸੀਗੀ। ਅੱਛਾ, ਉਹਨੇ ਜਦੋਂ ਵੀ ਕੋਈ ਕਿਸੇ ਕੁੜੀ ਨਹੀਂ ਆਉਣਾ ਉਹਦੇ ਕੋਲ, ਚੂੜੀਆਂ ਫੜਨ ਜਾਂ ਕੁਛ ਵੀ ਗੱਲਾਂ ਦਾ ਹੋਗਾ, ਉਹਨੇ ਬੈਠੇ ਬੈਠੇ ਨੇ ਨਾ ਲਾਈਨਾਂ ਲਿਖੀ ਜਾਣੀਆਂ, ਗਾਣੇ ਲਿਖੀ ਜਾਣੇ। ਅੱਛਾ, ਅਤੇ ਮੈਂ ਕਿਹਾ ਯਾਰ ਜਦੋਂ ਇਹ ਗਾਣੇ ਲਿਖ ਸਕਦਾ ਤਾਂ ਮੈਂ ਵੀ ਲਿਖ ਸਕਦਾ ਕਿ ਨਹੀਂ, ਵੀ ਜਦੋਂ ਇਹ ਗਾਣੇ ਲਿਖ ਸਕਦਾ ਤਾਂ ਮੈਂ ਵੀ ਲਿਖ ਸਕਦਾ, ਬਟ ਕਿਵੇਂ ਲਿਖਣੇ ਆ ਇਹ ਤਾਂ ਪਤਾ ਹੀ ਨਹੀਂ ਸੀ ਕੁਛ। ਫਿਰ ਹੌਲੀ ਹੌਲੀ ਕੋਸ਼ਿਸ਼ ਕੀਤੀ, ਫਿਰ ਮੈਂ ਇੱਕ ਦਿਨ 'ਚ 8-9 ਗਾਣੇ ਲਿਖੇ। ਅੱਛਾ, ਇੱਕ ਦਿਨ ਦੇ ਵਿੱਚ। ਫਿਰ ਮੈਂ ਗਿਆ ਉੱਥੇ ਆਪਣਾ ਤਰਨ ਰਿਸ਼ੀ ਜੀ ਮਿਊਜ਼ਿਕ ਡਾਇਰੈਕਟਰ, ਉਹ ਮੇਰੇ ਬਹੁਤ ਅੱਛੇ ਦੋਸਤ ਨੇ, ਅਤੇ ਉਹਨਾਂ ਕੋਲ ਮੈਂ ਗਿਆ ਇੰਦਰਲੋਕ ਸਟੂਡੀਓ ਦੇ ਵਿੱਚ, ਅਤੇ ਉੱਥੇ ਮੈਂ ਜਦੋਂ ਗਾਣੇ ਗਾਉਣੇ ਉਹਨਾਂ ਨੂੰ ਦਿਖਾਏ, ਉੱਥੇ ਫਿਰੋਜ਼ ਖਾਨ ਜੀ ਦੀ ਰਿਕਾਰਡਿੰਗ ਚੱਲ ਰਹੀ ਸੀਗੀ, ਰਵਿਦਾਸ ਜੀ ਦੀ। ਅੱਛਾ, ਹਾਂਜੀ, ਅਤੇ ਫਿਰੋਜ਼ ਖਾਨ ਜੀ ਨੂੰ ਵੀ ਇੱਕ ਮੈਂ ਗਾਣਾ ਦਿੱਤਾ ਸੀਗਾ, ਉਹ ਕਹਿੰਦੇ ਸੀ ਜਗਜੀਤ ਵੀ ਇੱਦਾਂ ਕਰ ਆਪਣਾ ਮੋਬਾਈਲ ਦੇ ਵਿੱਚ ਰਿਕਾਰਡਿੰਗ ਕਰਦੇ। ਇਹ ਅੱਜ ਤੋਂ ਜਦੋਂ ਰਵਿਦਾਸ ਜੀ ਦੀ ਉਹਨਾਂ ਦੀ ਐਲਬਮ ਆਈ ਸੀ, ਘੱਟੋ ਘੱਟ ਮੇਰੇ ਹਿਸਾਬ ਨਾਲ 5-6 ਸਾਲ ਹੋ ਗਏ। ਅੱਛਾ, ਹਾਂਜੀ, ਅਤੇ ਬਸ ਉਸ ਤੋਂ ਬਾਅਦ ਜੀ ਹੌਸਲਾ ਮਿਲਦਾ ਗਿਆ, ਅਤੇ ਬਸ ਹੌਲੀ ਹੌਲੀ ਅੱਗੇ ਵਧਦੇ। ਹਾਂਜੀ, ਵਧਦੇ।
ਤੇ ਤੁਸੀਂ ਦੱਸਿਆ ਕਿ ਤੁਸੀਂ ਫਿਲਮਾਂ 'ਚ ਵੀ ਗਾਣਾ ਗਾਇਆ, ਤਾਂ ਕਿਹੜਾ ਗਾਣਾ ਤੁਸੀਂ, ਕਿਹੜੀ ਫਿਲਮ, ਸਾਨੂੰ ਫਿਲਮ ਦੇ ਬਾਰੇ ਦੱਸੋ। ਇੱਕ ਮਨ ਚੇਤਨ ਮੂਵੀ ਰਿਲੀਜ਼ ਹੋਣ ਵਾਲੀ ਹੈ ਜੀ। ਅੱਛਾ। ਉਹ 'ਚ ਰਾਣੀ ਰਣਦੀਪ, ਉਹਨਾਂ ਦੀ ਪੂਰੀ ਫੈਮਿਲੀ ਹੈ, ਰਾਣੀ ਰਣਦੀਪ ਜੀ ਜਾਣਦੇ ਹੋਣਗੇ ਤੁਸੀਂ। ਹਾਂਜੀ ਹਾਂਜੀ। ਫਿਰ ਉਸ ਤੋਂ ਬਾਅਦ ਆਪਣਾ ਕਾਫੀ ਫੇਮਸ ਹੈਗੇ ਆ ਨਵੇਂ ਮਾਡਲ ਵੀ, ਪੁਰਾਣੇ ਮਾਡਲ ਵੀ, ਜਿਹੜੇ ਅੱਜ ਕੱਲ੍ਹ ਟੀਵੀਆਂ 'ਚ ਚੱਲ ਰਹੇ ਆ, ਅਤੇ ਉਹਦੀ ਸਟੋਰੀ ਡਾਇਲੌਗਸ ਮੈਂ ਵੀ ਲਿਖਿਆ। ਅੱਛਾ। ਹਾਂਜੀ, ਉਹ 'ਚ ਮੈਂ ਐਡਵੋਕੇਟ ਦਾ ਵੀ ਮੈਨੂੰ ਕਰਨ ਦਾ ਮੌਕਾ ਮਿਲਿਆ। ਠੀਕ ਹੈ, ਮਤਲਬ ਇੱਕ ਹੋਰ ਟੈਲੈਂਟ ਹੈ ਜਿਹੜਾ ਤੁਸੀਂ, ਅਸੀਂ ਥੋੜ੍ਹਾ ਅਟੈਚ ਕਰ ਦਿੰਦੇ ਹਾਂ ਐਕਟਿੰਗ ਦਾ ਵੀ। ਹਾਂਜੀ ਠੀਕ ਹੈ। ਉਹ ਐਕਟਿੰਗ ਦਾ ਇਸ ਤਰ੍ਹਾਂ ਸੀਗਾ ਜੀ, ਅਸੀਂ ਰੈਤ ਕਾਲਜ ਦੇ ਵਿੱਚ ਨਾ, ਰੋਪੜ ਰੈਤ ਕਾਲਜ ਹੈ, ਅੱਛਾ, ਉੱਥੇ ਸ਼ੂਟ ਕਰ ਰਹੇ ਸੀਗੇ। ਹਾਂ। ਅਤੇ ਬਸ ਉੱਥੇ ਜਿਹੜੀ ਹੀਰੋਇਨ ਸੀ, ਗਾਣਾ ਸ਼ੂਟ ਕਰਨ ਗਏ ਸੀ ਅਸੀਂ, ਜਿਹੜੀ ਹੀਰੋਇਨ ਸੀ ਪਤਾ ਨਹੀਂ ਕੀ ਗੱਲ ਹੋਈ ਉੱਥੇ, ਨਰਵਸ ਜੀ ਹੋ ਗਈ। ਫਿਰ ਰੈਤ ਕਾਲਜ ਦੇ ਵਿੱਚ ਇੱਕ ਅਦਾਲਤ ਜੀ ਟੈਬ ਬਣਿਆ ਹੋਇਆ, ਅਤੇ ਉਹਦੇ ਵਿੱਚ ਸਾਨੂੰ ਕਿਸੇ ਨੇ ਦੱਸਿਆ, ਕਹਿੰਦੇ ਯਾਰ ਵੀ ਪਿੱਛੇ ਜਾ ਕੇ ਦੇਖੋ ਵੀ ਉੱਥੇ ਤਾਂ ਬੜੀ ਵਧੀਆ ਆਪਣਾ ਫਿਲਮ ਦਾ ਕੋਈ ਸ਼ੋਟ ਨਿਕਲ ਸਕਦਾ। ਅੱਛਾ। ਅਤੇ ਮੈਂ ਉੱਥੇ ਵਕੀਲ ਬਣਨ ਬਾਰੇ ਕੁਝ ਸੋਚਿਆ ਨਹੀਂ ਸੀਗਾ, ਕਿਉਂਕਿ ਮੈਂ ਤਾਂ ਸਿਰਫ ਇੱਕ ਸਟੋਰੀ 'ਤੇ ਧਿਆਨ ਦੇ ਰਿਹਾ ਸੀਗਾ ਪ੍ਰੋਪਰ। ਅਤੇ ਜਿਹੜੇ ਅਸੀਂ ਮੁੰਡੇ ਨੇ ਵਕੀਲ ਦਾ ਰੋਲ ਕਰਨਾ ਸੀ, ਉਹ ਵੀ ਇੱਕਦਮ ਘਬਰਾ ਗਿਆ ਯਾਰ ਵੀ ਹੁਣ ਗਾਣਾ ਤਾਂ ਹੋ ਨਹੀਂ ਰਿਹਾ ਹੈਗਾ, ਅਤੇ ਵੀ ਕਿਵੇਂ ਵੀ ਵਕੀਲ ਦਾ ਰੋਲ, ਤੁਸੀਂ ਮੇਰੀ ਪ੍ਰੈਕਟਿਸ ਦੀ ਜਾਣ ਕਰਾਈ ਨਹੀਂ ਗੀ, ਬਟ ਉਹਨੂੰ ਡਾਇਲੋਗ ਦਿੱਤੇ ਸੀ ਅਸੀਂ। ਬਸ ਹੌਲੀ ਹੌਲੀ ਕਰਦੇ ਕਰਦੇ ਉਹ ਥੋੜ੍ਹਾ ਜਿਹਾ ਇੱਕਦਮ ਘਬਰਾ ਗਿਆ, ਕਿਉਂਕਿ ਟਾਈਮ ਸੀ ਥੋੜ੍ਹਾ, ਪਹਿਲਾਂ ਤਾਂ ਅੱਧਾ ਦਿਨ ਤਾਂ ਗਾਣੇ ਨੇ ਲੈ ਲਿਆ ਸੀਗਾ, ਗਾਣਾ ਹੋਇਆ ਨਹੀਂ ਪ੍ਰੋਪਰ। ਅਤੇ ਫਿਰ ਉਸ ਤੋਂ ਬਾਅਦ ਉਹ ਕਹਿੰਦੇ ਜਗਜੀਤ ਵੀ ਤੈਨੂੰ ਡਾਇਲੋਗ ਯਾਦ ਆ, ਮੈਂ ਕਿਹਾ ਯਾਰ ਮੈਨੂੰ ਤਾਂ ਯਾਦ ਹੀ ਹੈ, ਕਿਉਂਕਿ ਮੇਰੀ ਲਿਖੀ ਸੀ। ਅਤੇ ਫਿਰ ਮੈਂ ਵਨ ਟੇਕ ਦੇ ਵਿੱਚ ਹੀ ਉਹ ਡਾਇਲੋਗ ਜਿਹੜੇ ਕੰਪਲੀਟ ਕਰਦੇ ਸੀ। ਅੱਛਾ, ਤਾਂ ਫਿਰ ਉਹ ਗਾਣਾ ਜਿਹੜਾ ਤੁਸੀਂ ਦੱਸਦੇ ਪਏ ਸੀ ਉਹ ਸਾਨੂੰ ਥੋੜ੍ਹਾ ਜਿਹਾ ਸੁਣਾ ਦਿਓ। ਹਾਂਜੀ ਹਾਂਜੀ ਹਾਂਜੀ। ਤੇਰੇ ਨੈਣਾ ਵਾਲਾ ਜਿਗਰ ਦੇ ਪਾਰ ਨਾ ਹੋ ਜੇ, ਤੇਰੇ ਨੈਣਾ ਵਾਲਾ ਜਿਗਰ ਦੇ ਪਾਰ ਨਾ ਹੋ ਜੇ, ਹੱਸ ਕੇ ਨਾ ਸਾਡੇ ਕੋਲੋਂ ਲੰਘਿਆ ਲੜੇ ਨੀ ਕਿਤੇ ਪਿਆਰ ਨਾ ਹੋ ਜੇ, ਹੱਸ ਕੇ ਨਾ ਸਾਡੇ ਕੋਲੋਂ ਲੰਘਿਆ ਲੜੇ ਨੀ ਕਿਤੇ ਪਿਆਰ ਨਾ ਹੋ ਜੇ ਨੀ। ਕਿਆ ਬਾਤ ਹੈ, ਤਾਂ ਤੁਹਾਡੀ ਇੰਨੀ ਅੱਛੀ ਆਵਾਜ਼ ਹੈ, ਤੁਸੀਂ ਕਦੇ ਉਹ ਸਟੇਜ ਸ਼ੋਜ਼ 'ਤੇ ਉਹਦੇ ਵਰਕ ਕਦੇ ਰੁਝਾਨ ਨਹੀਂ ਰਿਹਾ? ਨਹੀਂ, ਉਹਦੇ ਐਕਚੁਲੀ ਮੈਂ ਤੁਹਾਨੂੰ ਦੱਸਿਆ, ਮੈਂ ਸਿੰਗਰ ਬਣਨ ਬਾਰੇ ਕਦੇ ਸੋਚਿਆ ਨਹੀਂ ਸੀਗਾ, ਕਿਉਂਕਿ ਜਿਹੜਾ ਬੰਦਾ ਸਿੰਗਰ ਬਣਦਾ ਨਾ, ਜਿਵੇਂ ਹੁਣ ਮੇਰੇ ਮੰਨ ਲਓ ਮੇਰੇ ਨਾਲ 100 ਸਿੰਗਰ ਜੁੜਿਆ ਹੋਇਆ। ਹਾਂਜੀ। ਜੇ ਮੰਨ ਲਓ ਹੁਣ ਮੈਂ ਸਿੰਗਰ ਬਣ ਜਾਂਦਾ ਤਾਂ ਫਿਰ ਅਗਲਾ ਕਹਿੰਦਾ ਯਾਰ ਆਪ ਹੀ ਸਿੰਗਰ ਹੈ। ਹਾਂ। ਵੀ ਇੱਕ ਤਾਂ ਇਹ ਥੋੜ੍ਹਾ ਜਿਹਾ ਸਰੀਕਾ ਜਿਹਾ ਆ ਜਾਂਦਾ, ਜਿਵੇਂ ਹੈ ਨਾ ਤਿਰਕ ਜੀ, ਵੀ ਉਹ ਮੈਂ ਕਿਹਾ ਮੇਰੇ ਤੋਂ ਖੁੰਦਕ ਜੀ ਨਾ ਖਾਣ, ਵੀ ਮੇਰੇ ਲਿੰਕ ਫਿਰ ਵੀਡੀਓ ਡਾਇਰੈਕਟਰ 'ਚ ਵੀ ਟੁੱਟ ਸਕਦੇ ਆ ਜਾਂ ਲੈਰਿਕਸ 'ਚੋਂ। ਅਤੇ ਬਟ ਹੁਣ ਮੈਨੂੰ ਲੱਗਾ ਕਿ ਯਾਰ ਵੀ ਫਿਲਮ ਦੇ ਵਿੱਚ ਹੁਣ ਮੈਨੂੰ ਚਾਂਸ ਮਿਲ ਰਿਹਾ ਅਤੇ ਮੈਨੂੰ ਗਾਉਣਾ ਚਾਹੀਦਾ। ਬਸ ਹੁਣ ਮੈਂ ਫਿਲਮਾਂ ਦੇ ਵਿੱਚ ਗਾ ਰਿਹਾ। ਅੱਛਾ। ਅਤੇ ASI 'ਚ ਗਾਇਆ, ASI ਫਿਲਮ ਨਿਰਮਲ ਰਿਸ਼ੀ ਜੀ ਉਹਨਾਂ ਦੀ ਸ਼ੂਟ ਕੀਤੀ ਅਸੀਂ। ਅੱਛਾ। ਅਤੇ ਹੋਰ ਵੀ ਕਾਫੀ ਉਹ 'ਚ ਫੇਮਸ ਹੈਗੇ ਨੇ। ਫਿਰ ਉਹਦਾ ਵੀ ਫੇਵਰੇਟ ਆਪਣਾ ਗਾਣਾ ਸੁਣਾ ਦਿਓ ਇੱਕ। ਮਾਏ ਕੈਸਾ ਮੋੜ ਆ ਗਿਆ, ਖੁਸ਼ੀਆਂ ਨੂੰ ਕੋਈ ਨਜ਼ਰ ਲਾ ਗਿਆ, ਮਾਏ ਕੈਸਾ ਮੋੜ ਆ ਗਿਆ, ਖੁਸ਼ੀਆਂ ਨੂੰ ਕੋਈ ਨਜ਼ਰ ਲਾ ਗਿਆ, ਦਿਲ ਨੂੰ ਜੋ ਮਨਜ਼ੂਰ ਨਾ, ਮੈਂ ਕਿੰਜ ਜ਼ਰਾ ਮਾਂ ਮੈਂ ਕੀ ਕਰਾਂ, ਮਾਂ ਮੈਂ ਕੀ ਕਰਾਂ, ਮਾਂ ਮੈਂ ਕੀ ਕਰਾਂ, ਮਾਂ ਮੈਂ ਕੀ ਕਰਾਂ, ਮਾਂ ਕੈਸਾ ਮੋੜ ਆ ਗਿਆ, ਖੁਸ਼ੀਆਂ ਨੂੰ ਕੋਈ ਨਜ਼ਰ ਲਾ ਗਿਆ। ਇਹ ਵਾਲਾ ਜੀ ਬਹੁਤ ਵਧੀਆ, ਤੁਸੀਂ ਥੋੜ੍ਹਾ ਇਮੋਸ਼ਨਲ ਜਿਹਾ ਕਰਤਾ ਅੱਜ ਸਾਡੇ ਸਟੂਡੀਓ ਦਾ ਮਾਹੌਲ। ਕੋਈ ਨਹੀਂ, ਨਚਾ ਕੇ ਜਾਵਾਂਗੇ ਜੀ। ਅੱਛਾ, ਤਾਂ ਤੁਸੀਂ ਤੁਹਾਨੂੰ ਕੀ ਲੱਗਦਾ ਕਿ ਤੁਹਾਡਾ ਆਪਣਾ ਯੋਨਰ ਬੇਸਿਕ ਕਿਹੜਾ ਹੈ, ਸੈਡ ਸੌਂਗਸ ਹੈ ਜਾਂ ਕਿਸੇ ਹੋਰ ਯੋਨਰ ਵਿੱਚ ਵੀ ਗਾਣਾ ਪਸੰਦ ਕਰਦੇ ਹੋ? ਦੇਖੋ ਜੀ, ਕਹਿੰਦੇ ਭਜਾਈ ਚੱਲ ਘੋੜਾ ਕਦੇ ਦਾ ਪਿੰਡ ਆਊਗਾ, ਵੀ ਚਲਾ ਚੱਲ ਰਹੀ ਹੈ ਤੇਰੀ ਮੰਜ਼ਿਲ ਨਾ ਕੋਈ, ਰੁਕੀ ਨਾ ਉਦੋਂ ਤੱਕ ਜਦ ਤੱਕ ਨਬਜ਼ ਨਾ ਖਲੋਈ। ਅਤੇ ਬਸ ਹੁਣ ਬਾਕੀ ਸਰੋਤਿਆਂ ਦੇ ਹੱਥ 'ਚ ਆ ਵੀ ਉਹਨਾਂ ਨੇ ਕੀ ਪਸੰਦ ਕਰਨਾ, ਸਾਡਾ ਕੰਮ ਹੈ ਗਾਉਣਾ ਗਾਉਣਾ। ਤਾਂ ਜਿਹੜਾ ਅੱਜ ਕੱਲ੍ਹ ਦਾ ਯੂਥ ਜਿੱਦਾਂ ਦੇ ਸੌਂਗਸ ਲੈ ਕੇ ਆ ਰਿਹਾ ਹੈ, ਉਹ ਸਭ ਹਥਿਆਰ ਅਤੇ ਉਹ ਸਭ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਤੁਸੀਂ ਵੀ ਉਸ ਚੀਜ਼ ਨੂੰ ਪ੍ਰਮੋਟ ਕਰਦੇ ਹੋ ਜਾਂ ਨਹੀਂ? ਦੇਖੋ ਜੀ, ਆਪਾਂ ਉਹਨਾਂ ਬਾਰੇ ਕੁਛ ਨਹੀਂ ਕਹਿ ਸਕਦੇ, ਬਟ ਜੋ ਵੀ ਸਿੰਗਰ ਹਿੱਟ ਹੋ ਰਹੇ ਨੇ, ਆਪਾਂ ਕਿਸੇ ਵਾਰੀ ਕਿਉਂ ਇੱਦਾਂ ਕਹੀਏ ਹੈ ਨਾ, ਕਿਉਂਕਿ ਪੈਸਾ ਲਾ ਕੇ ਹੀ ਸਾਰੇ ਆਉਂਦੇ ਆ, ਹਰ ਬੰਦੇ ਨੂੰ ਸ਼ੌਂਕ ਹੈ ਵੀ ਮੈਂ ਅੱਗੇ ਵਧਾਂ, ਅਤੇ ਉੱਦਾਂ ਸਾਨੂੰ ਵੀ ਹੈ।
ਤੇ ਅਸੀਂ ਵੀ ਹੁਣ ਜੇ ਸਾਨੂੰ ਉਦਾਂ ਦੇ ਗਾਣੇ ਮਿਲੇ ਖੜਕੇ ਦੜਕੇ ਵਾਲੇ ਅਸੀਂ ਜ਼ਰੂਰ ਗਾਵਾਂਗੇ। ਅੱਛਾ ਹਾਂਜੀ, ਮੇਰਾ ਇੱਕ ਗਾਣਾ ਅਰਲੀ ਜ਼ੋਨ ਵਾਲਾ ਸਿੰਗਲ ਟਰੈਕ ਹੈ, ਉਹ ਵੀ ਖੜਕੇ ਦੜਕੇ ਵਾਲੀ ਹੈ। ਅੱਛਾ, ਤੇ ਬਾਕੀ ਜਿਹੜੇ ਮੇਰੇ ਸੌਂਗ ਮਨਜੀਤ ਰੂਪਵਾਲੀ ਹੈ ਜੀ ਗਾਰੇ ਲਿਖੇ ਹੋਏ, ਉਹ ਵੀ ਖੜਕੇ ਵਾਲੇ ਆ। ਮਤਲਬ ਉਹ ਮਾਰਕੀਟ 'ਚ ਚੱਲਦੇ ਹੀ ਤਦੋਂ ਹੈ ਨਾ ਜੇ ਸਰੋਤੇ ਉਹਨੂੰ ਪਸੰਦ ਕਰ ਰਹੇ ਨੇ, ਉਹ ਸੁਣਨਾ ਚਾਹੁੰਦੇ ਆ ਇੱਦਾਂ ਦੇ ਗਾਣੇ, ਤਦ ਹੀ ਇੱਦਾਂ ਦੇ ਆ। ਬਿਲਕੁਲ ਬਿਲਕੁਲ ਬਿਲਕੁਲ, ਤੁਹਾਨੂੰ ਦੱਸਾਂ ਵੀ ਆਡੀਅੰਸ ਦਾ ਕੋਈ ਪਤਾ ਨਹੀਂ ਹੈ ਵੀ ਉਹਨਾਂ ਨੇ ਕੀ ਚੱਕ ਲੈਣਾ, ਸੈਡ ਵੀ ਚੱਕ ਲੈਣਾ, ਰੋਮਾਂਟਿਕ ਵੀ ਚੱਕ ਲੈਣਾ। ਹੁਣ ਮੈਂ ਸੈਡ ਵੀ ਗਾ ਰਿਹਾ ਫਿਲਮਾਂ 'ਚ, ਮੈਂ ਬੀਟ ਵੀ ਗਾ ਰਿਹਾ, ਮੈਂ ਪਾਰਟੀ ਵਾਲੀ ਵੀ ਗਾ ਰਿਹਾ। ਹਾਂਜੀ, ਇੱਕ ਮੇਰਾ ਗਾਣਾ ਹੁਣ ਬਾਹਰ ਮਿਊਜ਼ਿਕ ਤਿਆਰ ਹੋ ਰਿਹਾ। ਅੱਛਾ, ਤੇ ਉਹ ਅਸੀਂ ਸੋਚਦੇ ਪਏ ਹਾਂ ਵੀ ਕਿੰਨਾ ਨਾਲ ਮੇਰੇ ਵੀ ਕਿੰਨਾ ਤੋਂ ਗਵਾਈ ਹੈ ਫੀਮੇਲ ਸਿੰਗਰ, ਉਹ ਜੇ ਕੰਮ ਤਾਂ ਪੇਸ਼ ਕਰ ਦੇਣੇ ਜੀ। ਬਿਲਕੁਲ ਬਿਲਕੁਲ, ਹਾਂਜੀ ਚਲੋ। ਰੌਣਕ ਸ਼ੌਣਕ ਪਾੜੀ ਵਾੜੀ, ਰੌਣਕ ਸ਼ੌਣਕ ਪਾੜੀ ਵਾੜੀ ਪਾੜੀ ਪਾੜੀ, ਰੌਣਕ ਸ਼ੌਣਕ ਪਾੜੀ ਵਾੜੀ, ਧੂਮ ਤੜਕਾ ਹੋੜੀ ਬਾੜੀ, ਮਿੱਤਰਾਂ ਨੇ ਅੱਜ ਲੁੱਟਣੇ ਬੁੱਲੇ ਜੀ। ਰੌਣਕ ਸ਼ੌਣਕ ਪਾੜੀ ਵਾੜੀ, ਧੂਮ ਤੜਕਾ ਹੋੜੀ ਬਾੜੀ, ਮਿੱਤਰਾਂ ਨੇ ਅੱਜ ਲੁੱਟਣੇ ਬੁੱਲੇ ਜੀ। ਹਰ ਗਲੀ ਮੋੜ ਤੇ ਸਾਡੇ ਚਰਚੇ ਖੁੱਲੇ, ਆਏ ਅਸੀਂ ਕਰਦੇ ਖਰਚੇ, ਸ਼ੌਂਕ ਵੀ ਰੱਖੇ ਨੇ ਅਣਮੁੱਲੇ ਜੀ। ਰੌਣਕ ਸ਼ੌਣਕ ਪਾੜੀ ਵਾੜੀ, ਧੂਮ ਤੜਕਾ ਹੋੜੀ ਬਾੜੀ, ਮਿੱਤਰਾਂ ਨੇ ਅੱਜ ਲੁੱਟਣੇ ਬੁੱਲੇ ਜੀ। ਰੌਣਕ ਸ਼ੌਣਕ ਪਾੜੀ ਵਾੜੀ, ਧੂਮ ਤੜਕਾ ਹੋੜੀ ਬਾੜੀ, ਮਿੱਤਰਾਂ ਨੇ ਅੱਜ ਲੁੱਟਣੇ ਬੁੱਲੇ ਜੀ। ਅੱਜ ਬੋਤਲਾਂ ਖੁੱਲਣ ਦੇ, ਦਾਰੂ ਸ਼ਾਰੂ ਢੁੱਲਣ ਦੇ, ਪੀ ਕੇ ਹੋਸ਼ ਵੀ ਭੁੱਲਣ ਦੇ। ਅੱਜ ਬੋਤਲਾਂ ਖੁੱਲਣ ਦੇ, ਦਾਰੂ ਸ਼ਾਰੂ ਢੁੱਲਣ ਦੇ, ਪੀ ਕੇ ਹੋਸ਼ ਵੀ ਭੁੱਲਣ ਦੇ। ਪਟਿਆਲਾ ਪੈਗਨਾ ਲਾਈਏ, ਬੋਤਲ ਹੀ ਮੋਨੋ ਲਾਈਏ, ਡੋਲ ਦਈਏ ਖਾਰੇ ਖੁੱਲੇ ਜੀ। ਰੌਣਕ ਸ਼ੌਣਕ ਪਾੜੀ ਵਾੜੀ, ਤੂੰ ਤੜਕਾ ਹੋੜੀ ਬਾੜੀ, ਮਿੱਤਰਾਂ ਨੇ ਅੱਜ ਲੁੱਟਣੇ ਬੁੱਲੇ ਜੀ। ਕਿਆ ਬਾਤ ਹੈ, ਤੁਸੀਂ ਤਾਂ ਸੱਚੇ ਸਾਨੂੰ ਨਚਾਤਾ ਅੱਜ। ਅੱਛਾ, ਤਾਂ ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਡੀ ਫਿਰ ਸਿੰਗਿੰਗ ਦੇ ਲਾਈਨ ਵਿੱਚ ਕੌਣ ਇੰਸਪੀਰੇਸ਼ਨ ਹੈ, ਕੌਣ ਤੁਹਾਨੂੰ ਸਭ ਤੋਂ ਜ਼ਿਆਦਾ ਇੰਸਪਾਇਰ ਕਰਦਾ? ਦੇਖੋ, ਸਭ ਤੋਂ ਵੱਡਾ ਹੱਥ ਆ ਜੀ ਮੈਂ ਮੰਨਦਾ ਰੱਬ ਦਾ। ਅੱਛਾ, ਕਿਉਂਕਿ ਕਹਿੰਦੇ ਗੁਰੂ ਬਿਨਾਂ ਗਤ ਨਹੀਂ, ਸ਼ਾਹ ਬਿਨਾਂ ਪਤ ਨਹੀਂ। ਕਿਉਂਕਿ ਸਭ ਤੋਂ ਵੱਡਾ ਗੁਰੂ ਤਾਂ ਰੱਬ ਹੈ। ਜਦੋਂ ਉਹਨਾਂ ਨੇ ਇੱਕ ਬਣਾ ਕੇ ਭੇਜਤਾ ਵੀ ਜਗਜੀਤ ਤੂੰ ਆਹ ਕੰਮ ਕਰੇਗਾ, ਤੇ ਫਿਰ ਮੇਰੇ ਹਿਸਾਬ ਨਾਲ ਵੀ, ਬਾਕੀ ਪਬਲਿਕ ਦਾ ਵੀ ਹੱਥ ਹੁੰਦਾ, ਸਰੋਤਾਂ ਦਾ ਵੀ ਹੁੰਦਾ, ਬਟ ਅਸੀਂ ਪਬਲਿਕ ਦੇ ਮੂਹਰੇ ਹਜੇ ਨਹੀਂ ਆਏ। ਜਦੋਂ ਆਵਾਂਗੇ ਫਿਰ ਬਸ ਪਬਲਿਕ ਨੂੰ ਇਹੀ ਬੇਨਤੀ ਹੈ ਕਿ ਸਾਨੂੰ ਵੀ ਤੁਸੀਂ ਆਪ ਹੀ ਚੱਕ ਲਿਓ। ਠੀਕ ਹੈ, ਤਾਂ ਵੈਸੇ ਸਿੰਗਰ ਕਿਹੜਾ ਇੰਸਪਾਇਰ ਕਰਦਾ ਤੁਹਾਨੂੰ? ਸਿੰਗਰ ਜੀ ਐਕਚੁਅਲੀ ਮੈਂ ਚਮਕੀਲਾ ਜੀ, ਚਮਕੀਲਾ ਤੇ ਕੁਮਾਰ ਸਾਨੂੰ ਜੀ, ਬਚਪਨ ਤੋਂ ਉਹਨਾਂ ਦੇ ਗਾਣੇ ਗਾਉਂਦੇ ਆ ਰਹੇ ਹੋ? ਹਾਂਜੀ, ਬਾਕੀ ਸਾਰੇ ਹੀ ਹਿੱਟ ਆ ਜੀ, ਸਾਰੇ ਸਾਰੇ ਹਿੱਟ, ਸਾਰੇ ਹੀ ਹਿੱਟ, ਸਾਰੇ ਵਧੀਆ ਸਿੰਗਰ। ਆਪਣੇ ਫੇਵਰਿਟ ਦਾ ਇੱਕ ਗਾਣਾ ਸੁਣਾ ਦਿਓ। ਚਮਕੀਲਾ ਜੀ ਦਾ ਸੁਣਾਵਾਂਗਾ ਮੈਂ। ਬਿਲਕੁਲ, ਹਾਂਜੀ, ਕਿਉਂਕਿ ਨਾ ਤਾਂ ਉਹਨਾਂ ਵਰਗਾ ਮੇਰੇ ਹਿਸਾਬ ਨਾਲ ਵੀ ਉਸ ਤਰ੍ਹਾਂ ਦਾ ਨਾ ਕੋਈ ਲਿਖਿਆ, ਨਾ ਕੋਈ ਉਹਦਾ ਰਾਈਟਰ ਆਇਆ, ਤੇ ਨਾ ਕੋਈ ਸਿੰਗਰ ਆਇਆ, ਤੇ ਮੇਰੇ ਹਿਸਾਬ ਨਾਲ ਨਾ ਕੋਈ ਆਏਗਾ, ਕਿਉਂਕਿ ਜੋ ਉਹਨਾਂ ਦਾ ਇੱਕ ਸਟੈਂਡ ਸੀ ਨਾ ਅਲੱਗ ਸੀ। ਹਾਂਜੀ ਹਾਂਜੀ, ਅੱਜ ਕੱਲ੍ਹ ਤਾਂ ਤੁਹਾਨੂੰ ਪਤਾ ਸਾਰੇ ਹੀ ਵਧੀਆ ਵਧੀਆ ਗਾ ਰਹੇ ਆ, ਅਸੀਂ ਵੀ ਗਾ ਰਹੇ ਹਾਂ, ਬਟ ਅਸੀਂ ਚਮਕੀਲਾ ਜੀ ਦੇ ਕਦੇ ਰੀਸ ਤੱਕ ਹੀ ਉਹਨਾਂ ਦੇ ਨੇੜੇ ਤੇੜੇ ਵੀ ਨਹੀਂ ਪਹੁੰਚ ਸਕਦੇ, ਕਿਉਂਕਿ ਸਾਡਾ ਸਟਾਈਲ ਅਲੱਗ ਹੈ। ਹਾਂਜੀ ਹਾਂਜੀ, ਬਾਕੀ ਉਹ ਗੁਰੂਆਂ ਦੇ ਗੁਰੂ ਨੇ, ਜੋ ਹੈਟ ਨੇ ਬਾਬਾ ਬੋੜ ਜੀ ਜਿਹਨਾਂ ਨੂੰ ਕਹਿੰਦੇ ਆ ਨਾ, ਉਹਨਾਂ ਦਾ ਇੱਕ ਗਾਣਾ ਆਇਆ ਸੀਗਾ ਜੋ ਮੈਂ ਹਮੇਸ਼ਾ ਗਾਉਂਦਾ ਰਹਿੰਦਾ, ਦੋ ਦਿਲ ਤਾਂ ਮਿਲ ਗਏ ਨੇ ਇੱਥੇ ਨਾ ਮਿਲੀਆਂ ਤਕਦੀਰ, ਅੱਖਾਂ ਰਾਂਝੇ ਉੱਡ ਗਏ ਨੇ ਇੱਥੇ ਰਹਿਣ ਬਿਲਕਦੀਆਂ ਹੀਰ, ਸੁਣ ਬਖਸ਼ਣ ਹਾਰੀਏ ਨੀ ਕਿਉਂ ਤੇਰੀ ਟਹਿ ਗਈ ਟੇਰੀ, ਜਦੋਂ ਪਹਿਲੀ ਲਾਮ ਪੜੀ ਹਾਏ ਨੀ ਪੁੱਬ ਨਿਕਲ ਗਈ ਮੇਰੀ, ਜਦੋਂ ਪਹਿਲੀ ਲਾਮ ਪੜੀ ਹਾਏ ਨੀ ਪੁੱਬ ਨਿਕਲ ਗਈ ਮੇਰੀ। ਅੱਛਾ, ਤਾਂ ਫਿਰ ਤੁਹਾਨੂੰ ਆਪਣੀ ਫੈਮਿਲੀ ਤੋਂ ਕਿੰਨਾ ਕੁ ਸਪੋਰਟ ਮਿਲਦਾ? ਦੇਖੋ ਜੀ, ਬਹੁਤ ਹੀ ਵੱਡਾ ਹੱਥ ਉਹਨਾਂ ਦਾ। ਅੱਛਾ, ਕਿਉਂਕਿ ਜਦੋਂ ਅਸੀਂ ਘਰੇ ਗਾਉਂਦੇ ਹਾਂ ਜਾਂ ਲਿਖਦਾ, ਉਹਨਾਂ ਨੇ ਕਦੇ ਮੈਨੂੰ ਇਹ ਨਹੀਂ ਕਿਹਾ ਵੀ ਬੇਟਾ ਤੂੰ ਆਹ ਕੀ ਕਰ ਰਿਹਾ, ਕਹਿੰਦੇ ਵੀ ਜੋ ਤੇਰੇ ਮਨ 'ਚ ਆਉਂਦਾ ਤੂੰ ਕਰ, ਬਟ ਕਿਤੋਂ ਸ਼ਿਕਾਇਤ ਨਹੀਂ ਹੋਣੀ ਚਾਹੀਦੀ। ਅਤੇ ਬਸ ਸਾਡੀ ਕੋਸ਼ਿਸ਼ ਇਹੀ ਹੈ ਜੀ ਕਿ ਅਸੀਂ ਚੰਗਾ ਲਿਖੀਏ, ਚੰਗਾ ਗਾਈਏ, ਅਤੇ ਬਸ ਮਾਂ ਪਿਓ ਦੀ ਸੇਵਾ ਕਰ ਸਕੀਏ। ਵੈਸੇ ਹੁਣ ਮੇਰੇ ਫਾਦਰ ਤਾਂ ਹੈ ਨਹੀਂ ਗੇ, ਮੰਮੀ ਹੈ, ਅਤੇ ਅਸੀਂ ਤਿੰਨ ਬ੍ਰਦਰ ਹਾਂ, ਇੱਕ ਮੇਰੀ ਸਿਸਟਰ ਹੈ। ਹਾਂਜੀ, ਅਤੇ ਬਸ ਕੋਸ਼ਿਸ਼ ਇਹੀ ਹੈ ਜੀ ਕਿ ਮੰਮੀ ਦਾ ਨਾਮ ਰੋਸ਼ਨ ਕਰੀਏ, ਹੁਣ ਡੈਡੀ ਜੀ ਤਾਂ ਨਹੀਂ ਰਹੇ, ਤੇ ਬਾਕੀ ਸਾਡਾ ਪਿੰਡ ਆ ਮਲਸੀਹਾਂ ਵਾਜਨ ਜਗਰਾਉਂ ਦੇ ਕੋਲ, ਤੇ ਬਸ ਉਹਦਾ ਨਾਮ ਰੋਸ਼ਨ ਕਰੀਏ। ਕਿਆ ਬਾਤ ਹੈ, ਤਾਂ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ? ਮੈਸੇਜ ਜੀ ਬਸ ਮੈਂ ਕੋਈ
ਵੱਖਰਾ ਨਹੀਂ ਦਵਾਂਗਾ, ਜੋ ਅੱਜ ਕੱਲ੍ਹ ਸਾਰੇ ਕਹਿੰਦੇ ਨੇ, ਜੋ ਸਿੰਗਰ ਕਹਿੰਦੇ ਨੇ, ਉਹੀ ਕਵਾਂਗਾ ਵੀ ਚੰਗਾ ਸੁਣੋ, ਚੰਗਾ ਲਿਖੋ ਜੀ, ਚੰਗਾ ਬੋਲੋ, ਚੰਗਾ ਗਾਓ, ਅਤੇ ਬਸ ਮਾਂ ਪਿਓ ਦਾ ਨਾਮ ਰੋਸ਼ਨ ਕਰੋ, ਬਸ ਠੀਕ ਹੈ, ਖੁਸ਼ੀਆਂ ਵੰਡੋ ਹਮੇਸ਼ਾ ਸਭ ਨੂੰ। ਬਹੁਤ ਚੰਗਾ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ, ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਸਟੂਡੀਓ 'ਚ ਆਉਣ ਲਈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਆਹ ਸੀਗੇ ਜਗਜੀਤ ਮਲ ਸਿੰਘਾ ਜੀ। ਅਗਲੀ ਵਾਰ ਅਸੀਂ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਸਜਰੇ ਸੁਰ ਦੇ ਨਾਲ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਜਰੇ ਸੁਰ, ਸਜਰੇ ਸੁਰ, ਸਜਰੇ।